ਦੋਸਤੋ, ਜੇਕਰ ਤੁਸੀਂ ਘਰ ਤੋਂ ਬਾਹਰ ਹੋਵੋ, ਮਾਰਕੀਟ ਵਿੱਚ ਹੋਵੋ, ਕਿਤੇ ਵੀ ਹੋਵੋ, ਲੇਕਿਨ ਤੁਹਾਡੀ ਜੇਬ ਦੇ ਵਿੱਚ ਤੁਹਾਡਾ ਏਟੀਐਮ ਕਾਰਡ ਨਾ ਹੋਵੇ ਅਤੇ ਤੁਹਾਨੂੰ ਕੈਸ਼ ਦੀ ਜ਼ਰੂਰਤ ਪੈ ਜਾਵੇ, ਤਾਂ ਤੁਸੀਂ ਕੀ ਕਰੋਗੇ? ਇਸੇ ਨਾਲ ਸੰਬੰਧਿਤ ਅੱਜ ਦੀ ਇਹ ਮੈਂ ਵੀਡੀਓ ਬਣਾਉਣ ਲੱਗਿਆ ਕਿ ਤੁਸੀਂ ਬਿਨਾਂ ਏਟੀਐਮ ਕਾਰਡ ਤੋਂ ਕਿਵੇਂ ਏਟੀਐਮ ਦੇ ਵਿੱਚੋਂ ਕੈਸ਼ ਕਢਵਾ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਬਾਈ ਜੀ ਪੰਜਾਬੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਤੁਹਾਡਾ ਦੋਸਤ ਅਵਤਾਰ ਸਿੰਘ ਕੰਬੋਜ। ਤਾਂ ਦੋਸਤੋ, ਮੇਰਾ ਨਿੱਜੀ ਤਜਰਬਾ ਵੀ ਹੈਗਾ। ਅੱਜ ਮੈਂ ਮਾਰਕੀਟ ਵਿੱਚ ਸੀ ਤਾਂ ਉਸ ਵਕਤ ਮੇਰੇ ਕੋਲ ਮੇਰੀ ਜੇਬ ਦੇ ਵਿੱਚ, ਮੇਰੇ ਬਟੂਏ ਦੇ ਵਿੱਚ ਏਟੀਐਮ ਕਾਰਡ ਨਹੀਂ ਸੀਗਾ ਅਤੇ ਮੈਨੂੰ ਥੋੜ੍ਹੇ ਜਿਹੇ ਕੈਸ਼ ਦੀ ਜ਼ਰੂਰਤ ਪੈ ਗਈ। ਤਾਂ ਮੈਨੂੰ ਪਤਾ ਲੱਗਿਆ ਕਿ ਬਿਨਾਂ ਏਟੀਐਮ ਕਾਰਡ ਤੋਂ ਵੀ ਏਟੀਐਮ ਦੇ ਵਿੱਚੋਂ ਕੈਸ਼ ਅਸੀਂ ਕਢਵਾ ਸਕਦੇ ਹਾਂ। ਤਾਂ ਉਹ ਕਿਹੜਾ ਤਰੀਕਾ ਸੀ ਜਿਸ ਤਰੀਕੇ ਦੇ ਨਾਲ ਮੈਂ 2000 ਰੁਪਇਆ ਕੈਸ਼ ਕਢਵਾਇਆ ਹੈਗਾ, ਤਾਂ ਇਹ ਤਰੀਕਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ। ਵੱਖ ਵੱਖ ਬੈਂਕਾਂ ਦੇ ਏਟੀਐਮ ਕਾਰਡ ਸਾਨੂੰ ਇਹ ਸਹੂਲਤ ਵੀ ਦਿੰਦੇ ਨੇ ਕਿ ਜੇਕਰ ਸਾਡੇ ਕੋਲ ਆਪਣਾ ਏਟੀਐਮ ਕਾਰਡ ਹੈ ਨਹੀਂ ਜਾਂ ਕ੍ਰੈਡਿਟ ਕਾਰਡ ਹੈ ਨਹੀਂ, ਤਾਂ ਵੀ ਅਸੀਂ ਏਟੀਐਮ ਦੇ ਵਿੱਚ ਜਾ ਕੇ ਕਿਊਆਰ ਕੈਸ਼ ਦੇ ਥਰੂ ਅਸੀਂ ਪੈਸੇ ਕਢਵਾ ਸਕਦੇ ਹਾਂ। ਇਸ ਨੂੰ ਕਿਊਆਰ ਕੈਸ਼ ਕਿਹਾ ਜਾਂਦਾ ਹੈਗਾ। ਸੋ ਦੋਸਤੋ, ਇਸ ਵੀਡੀਓ ਨੂੰ ਇੱਕ ਵਾਰੀ ਦੱਬ ਕੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਇਹੋ ਜਿਹੀ ਮੁਸੀਬਤ ਵੇਲੇ ਜਾਂ ਇਹੋ ਜਿਹੇ ਹਾਲਾਤ ਜਦੋਂ ਬਣਦੇ ਨੇ ਕਿ ਵਿਅਕਤੀ ਕੋਲ ਨਕਦੀ ਪੈਸੇ ਜੇਬ ਦੇ ਵਿੱਚ ਨਹੀਂ ਹੁੰਦੇ, ਤਾਂ ਉਸ ਵਕਤ ਉਹ ਨਜ਼ਦੀਕ ਦੇ ਏਟੀਐਮ ਦੇ ਵਿੱਚ ਜਾ ਕੇ ਕਿਊਆਰ ਕੋਡ ਦੀ ਮਦਦ ਦੇ ਨਾਲ, ਕਿਊਆਰ ਕੈਸ਼ ਦੀ ਮਦਦ ਦੇ ਨਾਲ ਪੈਸੇ ਕਢਵਾ ਸਕਣ। ਤਾਂ ਕਰਨਾ ਤੁਸੀਂ, ਤੁਹਾਨੂੰ ਕੀ ਪਵੇਗਾ, ਤੁਸੀਂ ਜਦੋਂ ਏਟੀਐਮ ਦੇ ਵਿੱਚ ਜਾਓਗੇ ਤਾਂ ਉੱਥੇ ਏਟੀਐਮ ਦੀ ਸਕਰੀਨ ਦੇ ਉੱਪਰ ਇੱਕ ਕਿਊਆਰ ਕੈਸ਼ ਦੀ ਆਪਸ਼ਨ ਤੁਹਾਨੂੰ ਦੇਖਣ ਨੂੰ ਮਿਲੇਗੀ। ਹੁਣ ਤੁਸੀਂ ਇਸੇ ਆਪਸ਼ਨ ਦਾ ਇਸਤੇਮਾਲ ਕਰਕੇ ਪੈਸੇ ਕਢਵਾ ਸਕਦੇ ਹੋ ਬਿਨਾਂ ਏਟੀਐਮ ਕਾਰਡ ਤੋਂ, ਲੇਕਿਨ ਸ਼ਰਤ ਇਹ ਹੈ ਕਿ ਤੁਹਾਡੇ ਕੋਲ ਫੋਨ ਬੈਂਕ ਜਾਂ ਗੂਗਲ ਪੇ ਕੋਈ ਇਸ ਤਰ੍ਹਾਂ ਦੀ ਐਪ ਚੱਲਦੀ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਤੁਹਾਡੀ UPI ID ਹੋਵੇ। ਤਾਂ ਤੁਹਾਨੂੰ ਕੀ ਕਰਨਾ ਪਵੇਗਾ, ਜਦੋਂ ਤੁਸੀਂ ਏਟੀਐਮ ਦੇ ਵਿੱਚ ਜਾਓਗੇ, ਏਟੀਐਮ ਮਸ਼ੀਨ ਦੇ ਸਾਹਮਣੇ ਜਾਓਗੇ, ਤਾਂ ਉੱਥੇ ਇੱਕ QR ਦੀ ਆਪਸ਼ਨ ਆਏਗੀ। ਤੁਸੀਂ ਸਭ ਤੋਂ ਪਹਿਲਾਂ QR ਦੀ ਆਪਸ਼ਨ ਨੂੰ ਕਲਿੱਕ ਕਰ ਲੈਣਾ ਹੈਗਾ। ਤਾਂ ਉਸ ਤੋਂ ਬਾਅਦ ਉੱਥੇ ਅਮਾਊਂਟ ਸਾਹਮਣੇ ਨਜ਼ਰ ਆ ਜਾਏਗੀ ਕਿ ਤੁਸੀਂ 2000 ਰੁਪਇਆ ਕਢਾਉਣਾ ਹੈਗਾ, 1000 ਰੁਪਇਆ ਕਢਾਉਣਾ ਹੈਗਾ, ਕਿੰਨੇ ਪੈਸੇ ਕਢਾਉਣੇ ਨੇ। ਤੁਸੀਂ ਉਹ ਅਮਾਊਂਟ ਸਿਲੈਕਟ ਕਰ ਲੈਣੀ ਹੈਗੀ। ਅਮਾਊਂਟ ਸਿਲੈਕਟ ਕਰਨ ਤੋਂ ਬਾਅਦ ਏਟੀਐਮ ਦੀ ਸਕਰੀਨ ਦੇ ਉੱਪਰ ਇੱਕ QR ਕੋਡ ਬਣ ਕੇ ਆ ਜਾਊਗਾ। QR ਕੋਡ ਨੂੰ ਤੁਸੀਂ ਹੁਣ ਸਕੈਨ ਕਰਨਾ ਹੈਗਾ ਆਪਣੀ ਗੂਗਲ ਪੇ ਐਪ ਦੇ ਨਾਲ ਜਾਂ ਫਿਰ ਫੋਨਪੇ ਐਪ ਦੇ ਨਾਲ, ਜਾਂ ਤੁਹਾਡੇ ਕੋਲ ਜਿਹੜੀ ਵੀ ਕੋਈ ਵੀ ਇਸ ਤਰ੍ਹਾਂ ਦੀ ਐਪ ਹੈਗੀ ਹੈ ਉਸ ਦੇ ਨਾਲ ਤੁਸੀਂ ਉਸਨੂੰ ਸਕੈਨ ਕਰ ਲੈਣਾ ਹੈਗਾ। ਉਸ QR ਕੋਡ ਨੂੰ ਸਕੈਨ ਕਰਨ ਤੋਂ ਬਾਅਦ ਜਦੋਂ ਤੁਸੀਂ ਆਪਣੇ ਮੋਬਾਈਲ ਦੇ ਵਿੱਚੋਂ ਕਨਫਰਮੇਸ਼ਨ ਦਿਓਗੇ, ਤਾਂ ਫਿਰ ਉਹ ਜਿੰਨੇ ਅਮਾਊਂਟ ਦੀ ਤੁਸੀਂ QR ਸਕੈਨ ਕੀਤਾ ਹੈਗਾ, ਉਨੇ ਅਮਾਊਂਟ ਨੂੰ, ਉਨੇ ਪੈਸਿਆਂ ਨੂੰ ਏਟੀਐਮ ਮਸ਼ੀਨ ਤੁਹਾਨੂੰ ਕੱਢ ਕੇ ਕੈਸ਼ ਦੇ ਰੂਪ ਵਿੱਚ ਦੇ ਦੇਵੇਗੀ। ਸੋ ਬਹੁਤ ਆਸਾਨ ਹੈਗਾ। ਕਈ ਵਾਰੀ ਆਪਾਂ ਏਟੀਐਮ ਕਾਰਡ ਭੁੱਲ ਜਾਂਦੇ ਹਾਂ ਜਾਂ ਆਪਾਂ ਕੋਲ ਨਹੀਂ ਰੱਖਦੇ, ਕਿਉਂਕਿ ਅੱਜ ਕੱਲ੍ਹ UPI ਦਾ ਜ਼ਮਾਨਾ ਹੈਗਾ, ਆਪਾਂ ਫੋਨਪੇ ਤੋਂ, ਗੂਗਲ ਪੇ ਤੋਂ ਅਤੇ ਹੋਰ ਇਹੋ ਜਿਹੀਆਂ ਐਪਸ ਤੋਂ ਅਸੀਂ ਪੇਮੈਂਟ ਕਰ ਦਿੰਦੇ ਹਾਂ, ਲੇਕਿਨ ਕਈ ਵਾਰੀ ਮਾਰਕੀਟ ਦੇ ਵਿੱਚ ਸਾਨੂੰ ਕਿਤੇ ਵੀ ਕੈਸ਼ ਦੀ ਜ਼ਰੂਰਤ ਵੀ ਪੈ ਜਾਂਦੀ ਹੈ, ਤਾਂ ਫਿਰ ਉਹ ਕੈਸ਼ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਇਹ ਏਟੀਐਮ ਮਸ਼ੀਨਾਂ ਤੁਹਾਡੇ ਲਈ ਬਹੁਤ ਲਾਹੇਵੰਦ ਨੇ। ਇਹ ਵਾਲੀ ਸਕੀਮ ਜੋ ਉਸ ਦੇ ਵਿੱਚ ਏਟੀਐਮ ਮਸ਼ੀਨਾਂ ਦੇ ਵਿੱਚ QR ਕੈਸ਼ ਵਾਲੀ ਜੋ ਆਪਸ਼ਨ ਹੈਗੀ ਹੈ, ਇਹ ਤੁਹਾਡੇ ਲਈ ਬਹੁਤ ਲਾਹੇਵੰਦ ਹੈ। ਸੋ ਦੋਸਤੋ, ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਅਤੇ ਜੇਕਰ ਤੁਸੀਂ ਬਾਈ ਜੀ ਪੰਜਾਬੀ ਨੂੰ ਪਹਿਲੀ ਵਾਰ ਵੇਖ ਰਹੇ ਹੋ ਤਾਂ ਬਾਈ ਜੀ ਪੰਜਾਬੀ ਨੂੰ ਵੀ ਫੋਲੋ ਕਰਨਾ ਨਾ ਭੁੱਲਣਾ। ਤੁਸੀਂ ਬਣੇ ਰਹੋ ਲਗਾਤਾਰ ਬਾਈ ਜੀ ਪੰਜਾਬੀ ਦੇ ਨਾਲ। ਧੰਨਵਾਦ ਜੀ।